ਕਿ ਸਾਡੇ ਪਿੰਡ ਨਹੀਂ ਵੜਨਾ ਜੀ ਆਵਾਰਾ ਪਸ਼ੂ ਤੇ ਲੀਡਰ ਬਣਨੇ ਮਨਾਂ ਨੇ ਇੱਥੋਂ ਤੱਕ ਲਿਖਤਾ ਇਸ ਤੋਂ ਵੱਧ ਹੋਰ ਗਾਲ ਲੋਕ ਕੀ ਕੱਢਣਗੇ ਇਹਨਾਂ ਨੂੰ ਮੁਖੰਤਰੀ ਸਾਹਿਬ ਤੁਸੀਂ ਸੌ ਅੰਗਰੇਜ਼ੀ ਕਿਉਂ ਚੱਕੀ ਕਹਿੰਦਾ ਕਿ ਪੰਜਾਬੀ ਬੋਲ ਕੇ ਤਾਂ ਨਾ ਕੱਗਰ ਨਹੀਂ ਟੱਪ ਹੁੰਦੀ ਹਾਈ ਅਮਰਿੰਦਰ ਸਿੰਘ ਦੂ ਸਵਰ ਇਨ ਦ ਨੇਮ ਆਫ ਗੋਡ ਸੋ ਅਮਰਿੰਦਰ ਸਿੰਘ ਐਕਤੀ ਫਿਰ ਵੋਟਾਂ ਅੰਗਰੇਜ਼ੀ ਚ ਮੰਗਣ ਪੰਜਾਬ ਦੱਸ ਦੂਗਾ ਕਿ ਹਾਂ ਕਿੰਨੀ ਕ ਕੱਗਰ ਟੱਪ ਹੁੰਦੀ ਹੈ ਤੇ ਨਹੀਂ ਐਕਤੀ ਮਿਲ ਤੱਕ ਜਾਂ ਸਿਸਮਾ ਤੋਂ ਨਹੀਂ ਪਟਿਆਲੇ ਜਾਉਣਾ ਜਾਂ ਪਟਿਆਲੇ ਤੋਂ ਦੁਬਾਰਾ ਚੰਡੀਗੜ੍ਹ ਨਹੀਂ ਆਉਣਾ ਪੰਜਾਬ ਦੀਆਂ 90% ਪ੍ਰਾਈਵੇਟ ਖੰਡ ਮਿਲਾਂ ਲੀਡਰਾਂ ਦੀਆਂ ਨੇ ਹਰ ਪੰਜਾਬ ਦੇ ਐਮ.ਐਲ.ਏ ਨੂੰ ਹਰ ਮਹੀਨੇ 15000 ਰੁਪਿਆ ਲੈਂਡਲਾਈਨ ਫੋਨ ਦਾ ਬਿੱਲ ਮਿਲਦਾ ਹੈ ਕਮਾਲ ਹੈ 3 ਲੱਖ ਰੁਪਈਆ ਇਹਨਾਂ ਨੂੰ ਹਰ ਸਾਲ ਦਾ ਘੁੰਮਣ ਦਾ ਮਿਲਦਾ ਤੂੰ ਮੇਰਾ ਇੰਨਾ ਖਾਸ ਹੈਗਾ ਕਿ ਤੈਨੂੰ ਆਪਣੇ ਫਾਰਮ ਹਾਊਸ ਤੇ ਬੁਲਾਵਾਂ ਤੂੰ ਸਰਕਾਰੀ ਨਿਵਾਸ ਤੇ ਬਲ ਤੂੰ ਪ੍ਰਧਾਨ ਦੇ ਨਾਤੇ ਆਏ ਕੀ ਭਗਵੰਤ ਮਾਨ ਨੇ ਜਾਣ ਤੋਂ ਪਹਿਲਾਂ ਕਿਹਾ ਕਿ ਮੈਂ ਦੋ ਵਾਰ ਐਮ.ਪੀ ਬਣਿਆ ਪਰ ਇੱਕ ਵਾਰ ਦੀ ਤਨਖਾਹ ਲਵਾਂਗਾ ਇੱਕ ਵਾਰ ਦੀ ਪੈਨਸ਼ਨ ਲਾਉਂਗਾ ਕੀ ਕਿਹਾ ਉਹਨੇ ਕੀ ਕੇਜਰੀਵਾਲ ਨੇ ਅਨਾਉਂਸ ਕੀਤਾ ਕਿ ਅੱਜ ਤੋਂ ਅਸੀਂ ਕੋਈ ਵੱਖਰੀ ਪੈਨਸ਼ਨ ਤਿੰਨ ਵਾਰ ਸੀਐਮ ਬਣੇ ਅੱਜ ਤੱਕ ਜੱਟਾਂ ਦੇ ਹੀ ਸੀਆ ਬਣੇ ਨੇ ਲੰਮੇ ਸਮੇਂ ਤੋਂ ਫਿਰ ਜੱਟ ਖੁਦਗੁਸ਼ੀਆਂ ਕਿਉਂ ਕਰਦਾ ਪੰਜਾਬ ਦਾ ਫਿਰ ਜੱਟ ਦੇ ਜੱਟ ਨੂੰ ਪੂਰੀ ਫਸਲ ਦਾ ਮੁੱਲ ਕਿਉਂ ਨਹੀਂ ਮਿਲਦਾ ਫਿਰ ਅੱਜ ਜੱਟ ਦਿੱਲੀ ਧਰਨਿਆਂ ਤੇ ਕਿਉਂ ਬੈਠਾ ਹੁੰਦਾ ਕਿ ਅਗਲੀ ਵਾਰ ਬਣਾ ਦੋ ਆਉਂਦੀ ਸਾਰ ਮੈਂ ਸਾਰੇ ਅੰਦਰ ਕਰ ਦੇਣੇ ਇਹ ਹੀ ਗੱਲ ਕੈਪਟਨ ਕਹਿੰਦੇ ਸੀ ਸੈਕਟਰੀਟ ਚੱਲੇ ਆ ਕੰਮ ਕਰਾਉਣਾ ਉੱਥੇ ਆ ਕੇ ਪਤਾ ਲੱਗਦਾ ਨਹੀਂ ਸੀਐਮ ਸਾਹਿਬ ਤਾਂ ਇੱਥੇ ਹੈ ਨਹੀਂਗੇ ਅਗਲਾ ਪੁੱਛ ਕੇ ਜਾਊਗਾ ਜੀ ਸਰਕਾਰੀ ਨਿਵਾਸ ਤੇ ਹੋਣਗੇ ਉੱਥੇ ਪਤਾ ਲੱਗਦਾ ਨਹੀਂ ਜੋ ਤਾਂ ਫਾਰਮ ਤੇ ਨੇ ਤੇ ਇੱਥੇ ਪੰਛੀ ਵੀ ਪਰ ਨਹੀਂ ਮਾਰ ਸਕਦਾ ਫਿਰ ਕੰਮ ਕਿਵੇਂ ਹੋਣਗੇ ਇਹ ਤੋਂ ਪਰਲੇ ਪਾਸੇ ਨੂੰ ਚੱਲ ਜਾਓਗੇ ਉਧਰਲੇ ਪਾਸੇ ਸੁਖਵੀਰ ਉਹਨਾਂ ਦਾ ਉਧਰ ਠੀਕ ਹੈ ਨਾ ਸੁਖਬੀਲਾ ਉਹਨਾਂ ਦਾ ਉਹਨਾਂ ਦੀ ਰਹਿائش ਵੀ ਉੱਥੇ ਹੋਟਲ ਵੀ ਉੱਥੇ ਸਾਰਾ ਕੁਝ ਆ ਇੱਧਰ ਅਮਰਿੰਦਰ ਦਾ ਅਮਰਿੰਦਰ ਦੇ ਨਾਲ ਕਾਂਗਰਸੀ ਹੋਰ ਲੀਡਰਾਂ ਆਦੇ ਨੇ ਜਿੰਨੇ ਮੋਦੀ ਅਕਾਲੀਆਂ ਦੇ ਨੇੜੇ ਦੱਸੇ ਜਾਂਦੇ ਨੇ ਉੰਨੀ ਮੋਦੀ ਕੈਪਟਨ ਦੇ ਵੀ ਨੇੜੇ ਦੱਸੀ ਜਾਂਦੇ ਨੇ ਤੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਕੇਜਰੀਵਾਲ ਵੀ ਉਹਦੀ ਟੀਮ ਆ ਸੋ ਰੱਬ ਜਾਣਦਾ ਜੀ ਜਾਂ ਇਹ ਜਾਣਦੇ ਨੇ ਹਸ਼ਕਲ ਜੀ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਮੈਂ ਰਤਨਦੀਪ ਸਿੰਘ ਤਾਲੀਵਾਲ 2022 ਦੀਆਂ ਚੋਣਾਂ ਨੇੜੇ ਆ ਪਰ ਜੇ ਅਸੀਂ ਗੱਲ ਕਰਦੇ ਹਾਂ ਮੌਜੂਦਾ ਸਰਕਾਰ ਦੀ ਮੌਜੂਦਾ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਵੱਡੇ ਵੱਡੇ ਦਾਅਵੇ ਕਰਦੇ ਨੇ ਵੀ ਅਸੀਂ ਪੰਜਾਬ ਦੇ ਵਿੱਚ ਕੰਮਾਂ ਵਾਲੀ ਹਨੇਰੀ ਲਿਆਤੀ ਵਿਰੋਧੀ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਢੱਕਾ ਵੀ ਤੋੜਿਆ ਨਹੀਂ ਕਾਂਗਰਸ ਨੇ ਪਰ ਬਾਈ ਦੇ ਵਿੱਚ ਮੁੱਦੇ ਕੀ ਰਹਿਣ ਵਾਲੇ ਆ ਜਾਂ ਆਪਾਂ ਗੱਲ ਕਰ ਲਈਏ ਵੀ ਜਿਹੜੇ ਕੰਮ ਮੁੱਖ ਮੰਤਰੀ ਨਿਵਾਸ ਤੋਂ ਹੋਣੇ ਚਾਹੀਦੇ ਸੀ ਜਾਂ ਮੁੱਖ ਮੰਤਰੀ ਦਫ਼ਤਰ ਤੋਂ ਹੋਣੇ ਚਾਹੀਦੇ ਸੀ ਉਹ ਅੱਜਕੱਲ ਜਿਹੜੇ ਕੰਮ ਆ ਉਹ ਚੱਲਦੇ ਆ ਸ਼ਿਸ਼ਮਾ ਫਾਰਮ ਹਾਊਸ ਤੋਂ ਅਸੀਂ ਠੀਕ ਇਸ ਵਕਤ ਮੌਜੂਦ ਆ ਸ਼ਿਸ਼ਮਾ ਫਾਰਮ ਫਾਰਮ ਹਾਊਸ ਦੇ ਪਿਛਲੇ ਪਾਸੇ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਦੇਖ ਰਹੇ ਹੋਵੋਗੇ ਬਿਲਕੁਲ ਇਹ ਤੋਂ ਚਾਰ ਕਿੱल्ल्याਾਂ ਦੀ ਬਾਹੀ ਦੇ ਉੱਤੇ ਸ਼ਿਸ਼ਮਾ ਫਾਰਮ ਹਾਊਸ ਆ ਜਿੱਥੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਿਵਾਸ ਸਥਾਨ ਆ ਪੰਜਾਬ ਦੀ ਰਾਜਨੀਤੀ ਤੇ ਗੱਲਬਾਤ ਕਰਾਂਗੇ ਤੇ ਸ਼ਸ਼ਮਾ ਫਾਰਮ ਹਾਊਸ ਬਾਰੇ ਵੀ ਤੁਹਾਨੂੰ ਦੱਸਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਦੀਪਕ ਚਨਾਰਥਲ ਦੀਪਕ ਜੀ ਸਵਾਗਤ ਹੈ ਸਸੀ ਗੱਲ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਆਰਐਮਬੀ ਚੈਨੀ ਟੀਵੀ ਟੈਲੀਵਿਜ਼ਨ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਸੀ ਗੱਲ ਜੀ ਦੀਪਕ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ 2018 ਦੇ ਵਿੱਚ ਚਰਚਾ ਦੇ ਵਿੱਚ ਆਉਂਦਾਗਾ ਇਹ ਸ਼ਸ਼ਮਾ ਫਾਰਮ ਹਾਊਸ ਉਦੋਂ ਬਾਅਦ ਕਹਿੰਦੇ ਵੀ ਇੱਕੋ ਦਿਨ 'ਚ ਹੀ ਰਜਿਸਟਰੀ ਹੋ ਗਈ ਫਰ ਫਾਰਮ ਹਾਊਸ ਵੀ ਬਣ ਗਿਆ ਤੁਹਾਨੂੰ ਲੱਗਦਾ ਵੀ ਜਿਹੜੇ ਕੰਮ ਮੁੱਖ ਮੰਤਰੀ ਸਾਹਿਬ ਨੂੰ ਉੱਥ ਉਹ ਇੱਥੇ ਕਰ ਰਹੇ ਆ ਇੱਕ ਕਰੋਨਾ ਵਾਲਾ ਚੰਗਾ ਬਹਾਨਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪ੍ਰਾਈਵੇਟ ਫਾਰਮ ਹਾਊਸ ਬਣਾਇਆ ਅਮਰਿੰਦਰ ਨੇ ਕਿਹਾ ਜਾਂਦਾ ਕਿ ਉਹਨਾਂ ਨੇ ਆਪਣੇ ਤੌਰ ਤੇ ਜ਼ਮੀਨ ਖਰੀਦੀ ਹੁਣ ਖਰੀਦੀ ਲਈ ਐਕਵਾਇਰ ਕੀਤੀ ਹੈ ਬੜਾ ਦਸਤਾਵੇਜੀ ਮਾਮਲਾ ਖਾਸਾ ਵਿਵਾਦਾਂ ਚ ਰਿਹਾ ਤੇ ਫਿਰ ਉਹਦੇ ਨਾਲ ਨਾਲ ਪਿੱਛੇ ਜੰਗਲਾਤ ਦੀ ਜ਼ਮੀਨ ਕਹੀ ਜਾਂਦੀ ਹੈ ਜਾਂ ਪਹਾੜੀ ਜ਼ਮੀਨ ਹੈ ਜਿਹੜੀ ਖਾਸ ਕਰਕੇ ਪਲੇਨ ਨਹੀਂ ਕੀਤੀ ਜਾ ਸਕਦੀ ਉਹਨੂੰ ਲੈ ਕੇ ਖਾਸਾ ਹਗਾਮਾ ਹੋਇਆ ਸੀਗਾ ਕਿ ਇਹ ਜ਼ਮੀਨ ਜਾਣਬੁੱਝ ਕੇ ਨੀਮਾ ਦੇ ਉਲਟ ਜਾ ਕੇ ਪੱਧਰੀ ਕੀਤੀ ਗਈ ਤੇ ਉਹਨੂੰ ਲੈ ਕੇ ਮੇਲਾ ਦਾ ਸੁਖਪਾਲ ਖੈਰੇ ਨੇ ਇੱਕ ਵੀਡੀਓ ਵੀ ਇੱਥੇ ਆ ਕੇ ਬਣਾਈ ਸੀਗੀ ਕਿ ਦੇਖੋ ਜੀ ਆ ਧੱਕੇਸ਼ਾਈ ਆ ਪੰਜਾਬ ਦੀ ਜਮੀਨ ਨੂੰ ਖੋਰਾ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਇਸ ਤਰ੍ਹਾਂ ਗੱਲਾਂ ਕੀਤੀਆਂ ਇਹ ਵੱਖਰੀ ਗੱਲ ਹੈ ਖੈਰਾ ਸਾਹਿਬ ਅੱਜਕੱਲ ਕੈਪਟਨ ਦੇ ਹੀ ਖੇਮੇ 'ਚ ਜਾ ਕੇ ਦੁਬਾਰਾ ਸ਼ਾਮਲ ਹੋ ਗਏ ਪਰ ਜਿਹੜਾ ਵੱਡਾ ਸਵਾਲ ਖੜਾ ਹੈ ਕਿ ਇਸ ਆਲੇ-ਦਾਲ ਦੇ ਪਿੰਡਾਂ ਦੇ ਲੋਕਾਂ ਲਈ ਨਵੀਂ ਦਿੱਕਤ ਖੜੀ ਹੋ ਗਈ ਚਾਰੇ ਪਾਸਿਆਂ ਨੂੰ ਬੈਰੀਕੇਟਿੰਗ ਆ ਗੁਰੂ ਘਰ ਜਾਣ ਲਈ ਵੀ ਪੁਲਿਸ ਵਾਲੇ 10 ਵਾਰ ਪੁੱਛਦੇ ਨੇ ਕਿਹੜੇ ਗੁਰੂ ਘਰ ਜਾਣਾ ਜੀ ਉੱਥੇ ਤੱਕ ਜਾਣਾ ਜੀ ਕਿ ਮੁੜੇ ਆਉਣਾ ਸੀਸ਼ਮੈਲ ਤੋਂ ਸੋ ਇਹ ਜਿਹੜੇ ਮਸਲੇ ਨੇ ਉਹ ਲੋਕਾਂ ਲਈ ਦਿੱਕਤਾਂ ਖੜੀਆਂ ਕਰਤੀਆਂ ਤੇ ਪੁਲਿਸ ਉਲਟੀ ਟੰਗਦੀ ਜਿਹੜੀ ਪੁਲਿਸ ਪੰਜਾਬ ਦੇ ਕੰਮਾਂ ਲਈ ਲਾਉਣੀ ਸੀ ਉਹ ਇੱਥੇ ਆਪਣੀਆਂ ਰੱਖਿਆ ਲਈ ਲਈ ਉਹ ਚਾਰੇ ਪਾਸਿਓਂ ਕੇਰਾ ਬੰਦੀ ਇਹ ਸੋ ਵੀ ਨੇ ਪਠਾਨਕੋਟ ਤੋ ਆਉਣਾ ਆਉਣਾ ਕੀ ਹੈ ਜੀ ਕਿ ਮੈਂ ਸੈਕਟਰੀਏਟ ਚੱਲੇ ਆ ਕੰਮ ਕਰਾਉਣਾ ਉੱਥੇ ਆ ਕੇ ਪਤਾ ਲੱਗਦਾ ਨਹੀਂ ਸੀਐਮ ਸਾਹਿਬ ਤਾਂ ਇੱਥੇ ਹੈ ਨਹੀਂਗੇ ਅਗਲਾ ਪੁੱਛ ਕੇ ਜਾਊਗਾ ਜੀ ਸਰਕਾਰੀ ਨਿਵਾਸ ਤੇ ਹੋਣਗੇ ਉੱਥੇ ਪਤਾ ਲੱਗਦਾ ਨਹੀਂ ਜਿਹੜਾ ਫਾਰਮ ਤੇ ਨੇ ਤੇ ਇੱਥੇ ਪੰਛੀ ਵੀ ਪਰ ਨਹੀਂ ਮਾਰ ਸਕਦਾ ਫਿਰ ਕੰਮ ਕਿਵੇਂ ਹੋਣਗੇ ਇਸ ਕੰਮ ਲਈ ਮੁੱਖ ਮੰਤਰੀ ਦੇ ਕੰਮ ਲਈ ਸੈਕਟਰੀਏਟ ਹੈ ਉਹਨਾਂ ਦਾ ਦਫ਼ਤਰ ਹੈ ਉੱਥੇ ਬੈਠ ਕੇ ਰੋਜ਼ ਮੀਟਿੰਗ ਹੋਵੇ ਰੋਜ਼ ਕੰਮ ਲਿਆ ਜਾਵੇ ਇਸੇ ਤਰ੍ਹਾਂ ਸਰਕਾਰੀ ਨਿਵਾਸ ਹੈ ਤੇ ਪਿਛਲੇ ਜਦਨ ਦਾ ਕਰੋਨਾ ਕਾਲ ਹੋਇਆ ਉਸ ਦਿਨ ਤਾਂ ਬਿਲਕੁਲ ਏਬਾਨਾ ਤੇ ਨਹੀਂ ਤਾਂ ਉਹ ਜਦਨ ਦੀ ਕੈਪਟਨ ਸਰਕਾਰ ਆਈ ਹੈ ਸਰਕਾਰ ਹੀ ਸਿਸਮਾ ਫਾਰਮ ਹਾਊਸ ਤੋਂ ਚੱਲ ਰਹੀ ਹੈ ਪੰਜਾਬ ਦੇ ਸਕੱਤਰੇ ਦੀ ਬਜਾਏ ਸੀਐਮ ਦੇ ਨਿਵਾਸ ਦੀ ਬਜਾਏ ਇੱਥੋਂ ਚੱਲਦੀ ਆ ਹਾਂ ਮਨਿੰਦਰ ਸਿੰਘ ਬਾਹਰ ਨਿਕਲੇ ਸੀ ਇਹ ਚੋਂ ਨਵਜੋਤ ਸਿੱਧੂ ਨੂੰ ਮਿਲਣਾ ਸੀ ਸੋ ਨਵਜੋਤ ਸਿੱਧੂ ਨੂੰ ਮਤਲਬ ਕਿ ਇਸ ਢੰਗ ਨਾਲ ਉਹਨੂੰ ਇਹ ਦੱਸਣ ਲਈ ਕਿ ਤੂੰ ਮੇਰਾ ਇੰਨਾ ਖਾਸ ਨੀਗਾ ਕਿ ਤੈਨੂੰ ਆਪਣੇ ਫਾਰਮ ਹਾਊਸ ਤੇ ਬੁਲਾਵਾ ਤੂੰ ਸਰਕਾਰੀ ਨਿਵਾਸ ਤੇ ਬਲ ਤੂੰ ਪ੍ਰਧਾਨ ਦੇ ਨਾਤੇ ਆ ਸੋ ਇਸ ਲਈ ਉੱਥੇ ਘਰੇ ਗਏ ਸੀ ਸੋ ਲੰਬੇ ਸਮੇਂ ਤੋਂ ਇੱਥੇ ਸਰਕਾਰ ਚੱਲਦੀ ਹੈ ਤੁਸੀਂ ਇਹ ਦੇ ਚਾਹੇ ਆਮ ਆਦਮੀ ਪਾਰਟੀ ਆਈ ਚਾਹੇ ਅਕਾਲੀ ਦਲ ਆ ਜਾਵੇ ਚਾਹੇ ਬੇਰਜ਼ਗਰ ਯੂਨੀਅਨ ਆ ਜਾਣ ਚਾਹੇ ਮੁਲਾਜ਼ਮ ਆ ਜਾਣ ਉਹਨਾਂ ਦੇ ਨਾਲ ਇਹ ਏਰੀਆ ਫਿਰ ਮੁਸ਼ਕਲ ਦੇ ਵਿੱਚ ਸੋ ਇਹਨਾਂ ਲੋਕਾਂ ਦਾ ਕੀ ਕਸੂਰ ਆ ਕਿ ਇੱਥੇ ਤੁਸੀਂ ਜ਼ਮੀਨ ਲੈ ਲਈ ਤੇ ਉਹਨਾਂ ਲੋਕਾਂ ਦੀ ਜੇ ਉਹਦੇ ਲਈ ਚੰਡੀਗੜ੍ਹ ਦੀ ਪੁਲਿਸ ਜ਼ਿੰਮੇਵਾਰ ਹੋਵੇ ਥੋੜਾ ਸੈਕਟਰੀਏਟ ਉੱਥੇ ਥੋੜਾ ਦਫ਼ਤਰ ਉੱਥੇ ਆ ਇਹ ਕੰਮ ਹੋਣੇ ਉੱਥੇ ਚਾਹੀਦੇ ਸੀ ਤੇ ਮੈਨੂੰ ਲੱਗਦਾ ਕਿ ਜੇਕਰ ਇਹਦੀ ਨਿਰਪੱਖ ਜਾਂਚ ਹੋਵੇ ਦੇ ਵਿੱਚ ਖਾਸੇ ਮਸਲੇ ਵੀ ਕਪੜਿਆਂ ਵਾਲੇ ਮਸਲੇ ਵੀ ਉਜਾਗਰ ਹੋ ਸਕਦੇ ਨੇ ਦੀਪਕ ਜੀ ਇੰਨਾ ਕਿ ਤਾਂ ਕੈਪਟਨ ਸਾਹਿਬ ਦਾ ਸ਼ੁਕਰੀਆ ਕਰਨਾ ਚਾਹੀਦਾ ਵੀ ਲੋਕਾਂ ਨੂੰ ਇਹ ਤਾਂ ਪਤਾ ਲੱਗ ਗਿਆ ਹੋਊ ਵੀ ਜਿਹੜੇ ਪਹਾੜ ਆ ਉਹ ਪੰਜਾਬ 'ਚ ਵੀ ਆ ਹਿਮਾਚਲ 'ਚ ਹੈ ਨਹੀਂ ਪਹਾੜਾ ਦੀਆਂ ਹਾਂ ਬਿਲਕੁਲ ਉਹ ਤਸਵੀਰਾਂ ਦੱਸ ਦੀਆਂ ਨੇ ਕਿ ਹਾਂ ਪੰਜਾਬ 'ਚ ਵੀ ਪਹਾੜ ਹੈਗੇ ਨੇ ਸੋ ਇਹ ਪਹਾੜੀ ਜ਼ਮੀਨ ਇਹਨਾਂ ਲੀਡਰਾਂ ਨੇ ਖਾਧੀ ਪੰਜਾਬ ਦੇ ਜੰਗਲ ਖਾਦੇ ਇਹਨਾਂ ਨੇ ਸੋ ਹੁਣ ਬਦਲ ਕੇ ਪੰਜਾਬ ਦੇ ਖੇਤ ਖਾਨ ਤੇ ਵੀ ਆ ਗਏ ਸੋ ਇਸ ਲਈ ਕਿੰਨਾ ਕੁਸ਼ ਹজম ਕਰਨ ਦੀ ਹਿੰਮਤ ਰੱਖਦੇ ਨੇ ਤੁਸੀਂ ਇੱਥੋਂ ਹਿਸਾਬ ਲਾ ਲਓ ਸੋ ਇਸ ਲਈ ਇਹ ਅੱਜ ਪੰਜਾਬ ਦੇ ਵਿੱਚ ਕਾਗਜ਼ਾਂ 'ਚ ਦਰਖਤ ਲੱਗਦੇ ਨੇ ਪੰਜਾਬ ਦੇ ਵਿੱਚ ਕਾਗਜ਼ਾਂ 'ਚ ਹੀ ਧਾਰਾਾਂ ਮ ਲੱਗੀਆਂ ਹੋਏ ਨੇ ਕਿ ਤੁਸੀਂ ਇਹ ਜ਼ਮੀਨ ਨੂੰ ਛੇੜ ਨਹੀਂ ਸਕਦੇ ਸੋ ਸਾਰਾ ਕੁਝ ਅਸੀਂ ਟੁੱਟਦਾ ਦੇਖਦੇ ਹਾਂ ਜਦੋਂ ਲਾਣੇਦਾਰੇ ਤੁਹਾਡਾ ਵਿਗੜਿਆ ਹੋਵੇ ਤਾਂ ਬਾਕੀਆਂ ਤੁਸੀਂ ਕੀ ਉਮੀਦ ਕਰੋਗੇ ਬਾਈ ਦੇ ਵਿੱਚ ਕੀ ਉਮੀਦ ਕਰ ਸਕਦੇ ਆਪਾਂ ਬਾਈ ਦੇ ਵਿੱਚ ਕੁਝ ਬਣੂਗਾ ਪੰਜਾਬ ਦਾ ਕੋਈ ਬਾਹ ਫੜੂ ਪੰਜਾਬ ਦਾ ਕਿ ਜਿਵੇਂ ਖਬਰਾਂ ਚੱਲ ਰਹੀਆਂ ਵੀ ਪੰਜਾਬ 'ਚ ਤਾਂ ਖਿਚੜੀ ਬਣ ਜਾਣੀ ਆ ਪਤਾ ਹੀ ਨਹੀਂ ਰੱਬ ਹੀ ਰੱਖਾਗਾ ਖਿਚੜੀ ਤੋਂ ਵੀ ਵੱਧ ਚਿੰਤਾ ਮੈਨੂੰ ਇਸ ਗੱਲ ਦੀ ਹੁੰਦੀ ਆ ਕਿ ਇਸ ਮੌਕੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਵੋਟਾਂ ਦੀ ਬਜਾਏ ਤਿੰਨ ਖੇਤੀਕਾਰਾਂ ਦੇ ਮਸਲੇ ਤੇ ਕੋਈ ਸਾਹਮਣੇ ਆਉਣਾ ਚਾਹੀਦਾ ਸੀ ਜੀ ਪੰਜਾਬ ਦੇ ਵਿੱਚ ਰੈਲੀਆਂ ਕਰਨ ਦੀ بجائے ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੀ بجائے ਆਪਣੇ ਆਪਣੇ ਮੈਨੀਫੈਸਟੋ ਕੋਈ ਕਹਿੰਦਾ ਮੈਂ 2 ਸੂਤਰੀ ਫਾਰਮੂਲਾ ਜਾਰੀ ਕਰਤਾ ਕੋਈ ਕਹਿੰਦਾ ਮੈਂ 13 ਸੂਤਰੀ ਕਰਤਾ ਉਹ ਕਾਗਜ਼ ਪੱਤਰ ਜਾਰੀ ਕਰਨ ਦੀ بجائے ਯਾਤਰਾਮ ਤੇ ਨਿਕਲ ਗਏ ਕੇ ਪੰਜਾਬ ਦੇ ਮੈਂ ਯਾਤਰਾ 100 ਦਿਨਾਂ ਦੀ ਯਾਤਰਾ ਕੋਈ ਕਹਿੰਦਾ ਕਿ ਮੇਰੇ ਤਾਂ ਪੁਰਾਣਾ ਹੀ ਕੰਮ ਐਨੇ ਵਧੀਆ ਕਰਤੇ ਕੈਪਟਨ ਨਿੰਦਰਵਰੀਆਂ ਦੇ ਤਾਂ ਕੰਮ 100 ਕਹੇ ਸੀ ਕਿ 103 ਕਰਤੇ ਸੋ ਇਹ ਜਿਹੜੀ ਚੀਜ਼ਾਂ ਨੇ ਉਹਦੀ بجائے ਚੰਗਾ ਹੁੰਦਾ ਕਿ ਪੰਜਾਬ ਦੇ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਦਿੱਲੀ ਨੂੰ ਮੂੰਹ ਕਰ ਦੇ ਕਿ ਜੀ ਅਸੀਂ ਵੋਟਾਂ ਤਾਂ ਮੰਗਣਾਵਾਂਗੇ ਪਹਿਲਾਂ ਸਾਡੇ ਕਿਸਾਨਾਂ ਨੂੰ ਖੁਸ਼ ਕਰਕੇ ਮੋੜੋ ਕੀ ਮਜਾਲ ਹੈ ਕੇਂਦਰ ਸਰਕਾਰ ਦੀ ਕਿਉਂ ਪੰਜਾਬ ਦੇ ਲੀਡਰਾਂ ਦੀ ਗੱਲ ਨਾਲ ਸੁਣਦੀ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਐਮਪੀ ਸਾਰੀਆਂ ਪਾਰਟੀਆਂ ਦੇ ਐਮਐਲਏ ਜੇ ਜਾ ਕੇ ਉੱਥੇ ਦਿੱਲੀ ਦੇ ਮੋਦੀ ਦੇ ਘਰ ਦੇ ਮੂਹਰੇ ਬੈਠੇ ਹੁੰਦੇ ਤਾਂ ਅੱਜ ਇਹਨਾਂ ਨੂੰ ਆਹ ਦਿੱਕਤਾਂ ਅੱਜ ਕਿਹੜੇ ਪਿੰਡ 'ਚ ਵੜਨ ਜੋਗੇ ਨੇ ਪੰਜਾਬ ਦੇ 150 ਤੋਂ ਵੱਧ ਪਿੰਡਾਂ ਦੇ ਵਿੱਚ ਪੋਸਟਰ ਲੱਗੇ ਨੇ ਜੀ ਕਿ ਸਾਡੇ ਪਿੰਡ ਨਹੀਂ ਵੜਨਾ ਜੀ ਅਵਾਰਾ ਪਸ਼ੂ ਤੇ ਲੀਡਰ ਬਣਨੇ ਮਨਾਂ ਨੇ ਇੱਥੋਂ ਤੱਕ ਲਿਖਤਾ ਇਸ ਤੋਂ ਵੱਧ ਹੋਰ ਗਾਲ ਲੋਕ ਕੀ ਕੱਢਣਗੇ ਇਹਨਾਂ ਨੂੰ ਇਹ ਗਾਲ ਜੇ ਕੱਢ ਦਿੱਤੀ ਗਈ ਇਹਦਾ ਮਤ ਨੂੰ ਸ਼ੀਸ਼ਾ ਦਿਖਾਤਾ ਕਿ ਸਾਨੂੰ ਥੋੜੀ ਲੋੜ ਨਹੀਂ ਤੁਹਾਨੂੰ ਸਾਡੀ ਲੋੜ ਹੈ ਤੇ ਉਹਦੇ باوجود ਦੇ ਲੋਕਾਂ ਦੇ ਮੁੱਦਿਆਂ ਤੋਂ ਭੱਜਦੇ ਹੋਏ ਅੱਜ ਸਿਰਫ ਤੇ ਸਿਰ ਵੋਟਾਂ ਲਈ ਕਾਹਲ ਕਹੀਆ ਕਿ ਕੇਜਰੀਵਾਲ ਨੇ ਕਹਿਤਾ ਕਿ ਮੈਂ 300 ਜੁੰਡਾ ਮਾਫ ਕਰਦਾ ਸੁਖਵੀਰ ਉਹ ਕਹਿੰਦੇ ਮੈਂ ਸਾਰਾ ਗੁੱਸੇ ਮਾਫ ਕਰਦਾ ਆਮ ਆਦਮੀ ਪਾਰਟੀ ਤੋਂ ਬਾਅਦ ਅਕਾਲੀ ਦਲ ਅਕਾਲੀ ਤੋਂ ਬਾਅਦ ਹੁਣ ਕਾਂਗਰਸ ਕਹਿੰਦੀ ਇਹ ਤਾਂ ਪਹਿਲਾਂ ਹੀ ਕੀਤਾ ਹੋਇਆ ਸੋ ਇਹ ਜਿਹੜੀ ਹੋੜ ਹੈ ਉਹਦੇ ਵਿੱਚ ਪੰਜਾਬ ਨਾਲ ਧੋਖਾ ਹੋ ਰਿਹਾ ਤੇ ਇਹ ਧੋਖਾ 2022 ਦੇ ਵਿੱਚ ਫੇਰ ਹੋਗਾ ਜਿਵੇਂ ਜਿਸੀਂ ਪਹਿਲਾਂ ਲੁੱਟੇ-ਕੁੱਟੇ ਗਏ ਆ 2022 ਚ ਫੇਰ ਲੁੱਟੇ-ਕੁੱਟੇ ਜਾ ਮੈਨੂੰ ਨਹੀਂ ਲੱਗਦਾ ਕਿ ਇਸ ਵਾਰ ਮੁੱਦਿਆਂ ਤੇ ਚੋਣ ਹੋਏਗੀ ਲੋਕਾਂ ਨੂੰ ਭਰਮਾਉਣ ਦੀ ਉਹੀ ਰਾਜਨੀਤੀ ਆ ਜਿਹੜੀ ਰਾਜਨੀਤੀ ਪਿਛਲੀ ਵਾਰ ਰਸੀਂ ਭੋਗੀ ਆ ਜੀ ਇੱਕ ਜਿਹੜਾ ਚਿਹਰਿਆਂ ਦੀ ਗੱਲ ਹੁੰਦੀ ਆ ਚਿਹਰਿਆਂ ਵਾਲੀ ਗੱਲ ਤੇ ਬੜਾ ਕਿੰਤੂ-ਪਰੰਤੂ ਹੁੰਦਾਗਾ ਲੋਕ ਕਹਿੰਦੇ ਵੀ ਚਿਹਰਿਆਂ ਨੂੰ ਵੋਟ ਪਾਉਣੀ ਚਾਹੀਦੀ ਆ ਵੱਡੇ ਲੀਡਰ ਨੂੰ ਵੱਡਾ ਅੁੱਧਾ ਮਿਲੂਗਾ ਇਹ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਕਿਵੇਂ ਨਾ ਕਿਵੇਂ ਇਹਨਾਂ ਨੇ ਜੋਨ ਮੈਨੇਜਮੈਂਟ ਵਾਲੀਆਂ ਕੰਪਨੀਆਂ ਆਈਆਂ ਨੇ ਇਹ ਤਤੋਂ ਇਹ ਖੇਡ ਸ਼ੁਰੂ ਹੋਈ ਆ ਹਾਂ ਠੇਕਾ ਹੋਣ ਲੱਗਿਆ ਬਿਲਕੁਲ ਕੈਨਨੂਤ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜੀ ਪਰ ਸੁਣਿਆ ਕਦੇ ਕਿਸੇ ਨੇ ਕਿਹਾ ਹੋਵੇ ਮੋਦੀ ਦੀ ਸਰਕਾਰ ਮੋਦੀ ਸਰਕਾਰ ਉਹ ਪੇਸ਼ ਕੀਤਾ ਗਿਆ ਸਾਡੇ ਮੂੰਹਾਂ 'ਚੋਂ ਸ਼ਬਦ ਆਪਣੇ ਜਵਾਕ ਨੇ ਟੈਲੀਵਿਜ਼ਨ ਦੇਖਦੇ ਨੇ ਜੀ ਜਦੋਂ ਟੈਲੀਵਿਜ਼ਨ ਦੇਖਦੇ ਨੇ ਤਾਂ ਉਹਨਾਂ ਨੂੰ ਕੋਈ ਨਹੀਂ ਪਤਾ ਕਿ ਉਹ ਜਿਹੜੀ ਪੈਕਟ ਵਾਲੀ ਚੀਜ਼ ਦਿਖਾਈ ਜਾ ਰਹੀ ਹੈ ਉਹ ਚੌਕਲੇਟ ਸਵਾਦ ਹੈ ਮਿੱਠੀ ਹੈ ਨਮਕੀਨਾ ਐਡ ਇੰਨੀ ਵਾਰ ਦਿਖਾ ਦਿੱਤੀ ਜਾਂਦੀ ਹੈ ਕਿ ਉਹਦੇ ਅੰਦਰ ਇੱਕ ਤਸਵੀਰ ਬਣ ਜਾਂਦੀ ਹੈ ਕਿ ਯਾਰ ਆਹੀ ਲੈਣੀ ਆ ਉਹ ਸਾਂਝ ਨੂੰ ਬਾਪੂ ਦੇ ਆ ਕੇ ਗੱਲ ਪੈਂਦਾ ਕਿ ਮੈਨੂੰ ਤਾਂ ਲੈ ਕੇ ਦੇ ਉਹ ਚੀਜ਼ ਇਹ ਨਾ ਕੰਪਨੀਆਂ ਨੇ ਸਾਡੇ ਮਨਾਂ 'ਚ ਵਾੜਦੀ ਕਿ ਰਾਜਨੀਤਿਕ ਤੌਰ ਤੇ ਆਹੀ ਬੰਦਾ ਪੰਜਾਬ ਨੂੰ ਬਚਾ ਸਕਦਾ ਆਹੀ ਬੰਦਾ ਦੇਸ਼ ਨੂੰ ਬਚਾ ਸਕਦਾ ਜੇ ਮੋਦੀ ਨਹੀਂ ਤਾਂ ਕੁਛ ਨਹੀਂਗਾ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੀ ਵਾਰ ਪ੍ਰਸ਼ਾਂਤ ਕਿਸ਼ੋਰ ਨੂੰ ਇਹਨਾਂ ਨੇ ਹਾਇਰ ਕੀਤਾ ਤੇ ਉਸੇ ਦਾ ਛੱਡਿਆ ਹੋਇਆ ਬੰਦਾ ਉਹਦਾ ਹੀ ਨਾਲ ਦਾ ਸਾਥੀ ਇਸ ਵਾਰ ਅਕਾਲੀ ਦਲ ਨੇ ਹਾਇਰ ਕੀਤਾ ਸੋ ਇਸ ਤੰਗ ਨਾਲ ਲੋਕਾਂ ਨੂੰ ਚਿਹਰਿਆਂ ਦੀ ਨਹੀਂ ਤਾਂ ਕਿ ਤੁਸੀਂ ਮੁੱਦੇ ਬੋਲਿਓ ਪੰਜਾਬ ਦੇ ਮੁੱਦੇ ਦਾ ਸੀਗੇ ਬੇਅਦਬੀ ਵਾਲਾ ਮਾਮਲਾ ਜੀ ਨਵਜੋਤ ਸਿੱਧੂ ਜੇ ਪ੍ਰਧਾਨ ਬਣ ਕੇ ਆਏ ਨੇ ਤਾਂ ਉਹ ਇਹ ਮੁੱਦੇ ਤੇ ਬਣ ਕੇ ਆਏ ਨੇ ਕਿ ਮੈਂ ਪੰਜਾਬ ਨੂੰ ਬੇਅਦਬੀ ਦਾ ਇਨਸਾਫ ਦਿਵਾਉਣਾ ਜਦੋਂ ਦੇ ਪ੍ਰਧਾਨ ਬਣਨੇ ਸੁਣਿਆ ਕਦੇ ਬੇਅਦਬੀ ਵਾਲੀ ਗੱਲ ਕੀਤੀ ਹੋਵੇ ਕਿਹਾਂ ਇਨਸਾਫ ਦਿਵਾਉਣਾ ਜਾਂ ਕਿਹੜੇ ਲੀਡਰ ਦਾ ਨਾਮ ਲੈਤਾ ਕਦੋਂ ਲਫਾਫਾ ਖੁੱਲੂਗਾ ਕਦੋਂ ਕੀ ਅੰਦਰ ਜਾਊਗਾ ਸਾਰੀ ਕਹਾਣੀ ਤੁਹਾਨੂੰ ਡੇਢ ਮਹੀਨਾ ਪਹਿਲਾਂ ਜਾ ਕੇ ਸਾਰਾ ਕੁਝ ਦਿਖਾਊਗਾ ਕਿ ਅਗਲੀ ਵਾਰ ਬਣਾ ਦੋ ਆਉਂਦੀ ਸਾਰ ਮੈਂ ਸਾਰੇ ਅੰਦਰ ਕਰ ਦੇਣੇ ਹੈ ਇਹੀ ਗੱਲ ਕੈਪਟਨ ਕਹਿੰਦੇ ਸੀ ਹੂੰ ਕਿਹੜੇ ਅੰਦਰ ਗਏ ਸੋ ਇਸ ਲਈ ਜਿਹੜੀ ਕਟਾਹੀ ਪਿਛਲੀ ਵਾਰ ਅਕਾਲੀ ਭਾਜਪਾ ਸਰਕਾਰ ਨੇ ਕੀਤੀ ਸੀ ਉਸੇ ਕਟਾਹੜੇ ਦੇ ਵਿੱਚ ਇਸ ਵਾਰ ਕਾਂਗਰਸ ਵੀ ਖੜੀ ਆ ਤੇ ਨਵਜੋਤ ਸਿੱਧੂ ਉਸੇ ਪਾਰਟੀ ਦਾ ਪ੍ਰਧਾਨ ਸੋ ਇਸ ਲਈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਪੰਜਾਬ ਦੇ ਲਈ ਸੋਚ ਰਿਹਾ ਸਿਰਫ ਚਿਹਰਾ ਕਿਉਂਕਿ ਕਾਂਗਰਸ ਨੂੰ ਲੱਗਿਆ ਕਿ ਸਾਡਾ ਕੈਪਟਨ ਚਿਹਰਾ ਫਲੋਪ ਹੋ ਰਿਹਾ ਇਸ ਲਈ ਅਸੀਂ ਸਿੱਧੂ ਚਿਹ ਸਖਵੀਰ ਬਾਦੂਨ ਲੱਗਿਆ ਕਿ ਐਕਤੀ ਬਾਪੂ ਵਾਲਾ ਚਿਹਰਾ ਨਹੀਂ ਚੱਲਣਾ ਮੈਂ ਆਪਣਾ ਚਿਹਰਾ ਚਲਾ ਕੇ ਦੇਖ ਲਵਾਂ ਬੇਸ਼ੱਕ ਪੰਜਾਬ ਨੇ ਪਿਛਲੀ ਵਾਰ ਨਕਾਰਤਾ ਸੀ ਕੇਜਰੀਵਾਲ ਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਆਪਣਾ ਚਿਹਰਾ ਲੈ ਕੇ ਜਾਵਾਂ ਪਿਛਲੀ ਵਾਰ ਮੋੜਤਾ ਸੀ ਭਗਵੰਤ ਦਾ ਲਿਆਵਾਂ ਜਾਂ ਪ੍ਰਗਟ ਨੂੰ ਲਿਆਵਾਂ ਹੂੰ ਤਾਂ ਪ੍ਰਗਟ ਵੀ ਨਹੀਂ ਆਉਣਾ ਮੰਨਿਆ ਹਾਂ ਕਦੇ ਸਿੰਚਾਲ ਕੰਨੀ ਨੂੰ ਮੂੰਹ ਕਰਦੇ ਨੇ ਕਦੇ ਬਲਬੀ ਰਾਜੀ ਵਾਲ ਕੰਨੀ ਨੂੰ ਮੂੰਹ ਕਰਦੇ ਨੇ ਕਿੱਧਰ ਕਿੱਧਰ ਨੂੰ ਜਾਵੇ ਉਹਦੇ ਚੱਕਰ 'ਚ ਭਗਵੰਤ ਨਰਾਜ ਬੈਠਾ ਕਹਿੰਦੇ ਅੱਜਕੱਲ ਫੇਰ ਸੋ ਇਸ ਲਈ ਜਿਹੜੀ ਆ ਸਥਿਤੀ ਬਣੀ ਹੈ ਉਤੋਂ ਸਮਝ ਆਉਂਦੀ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕੋਈ ਪਾਰਟੀ ਨਹੀਂ ਕਰਦੀ ਇਹ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਤਾਂ ਅੱਜ ਪੰਜਾਬ ਦੇ ਵਿੱਚ ਮਾਫੀਆ ਰਾਜ ਅੱਜ ਵੀ ਨਾ ਹੁੰਦਾ ਉਹ ਪਿਛਲੇ 10 ਸਾਲਾਂ ਦਾ ਰਾਜ ਅੱਜ ਵੀ ਜਾਰੀ ਹੈ ਪਿਛਲੇ ਪੌਣੇ 5 ਸਾਲਾਂ ਤੋਂ ਸੋ ਉਸੇ ਤਰ੍ਹਾਂ ਮਾਫੀਆ ਰਾਜ ਹੈ ਉਸੇ ਤਰ੍ਹਾਂ ਸਾਰਾ ਕਾਰੋਬਾਰ ਹੈ ਉਸੇ ਤਰ੍ਹਾਂ ਲੋਕਾਂ ਨਾਲ ਧੋਖਾ ਹੈ ਮੈਨੂੰ ਇੱਕ ਗੱਲ ਦੱਸੋ ਜੀ ਅਕਸਰ ਇਸ ਵਾਰ ਜਿਹੜਾ ਚੋਣ ਨਾਅਰਾ ਆ ਰਿਹਾ ਹੈ ਬੀਜੇਪੀ ਨੇ ਸ਼ੁਰੂ ਕੀਤਾ ਕਿ ਅਸੀਂ ਦਲਿਤ ਸੀਐਮ ਬਣਾਵਾਂਗੇ ਜੀ ਅਕਾਲੀ ਦਲ ਕਹਿੰਦਾ ਸੀ ਦਲਿਤ ਸੀਐਮ ਤੇ ਹਿੰਦੂ ਸੀਐਮ ਡਿਪਟੀ ਸੀਐਮ ਦੋ ਡਿਪਟੀ ਸੀਐਮ ਬਣਾਵਾਂਗੇ ਆਮ ਆਦਮੀ ਪਾਰਟੀ ਵੀ ਇਹੀ ਗੱਲ ਤੇ ਇਧਰ ਬਿਲਕੁਲ ਇਧਰ ਜਦੋਂ ਭਗਵਾਨ ਤਮਾਨ ਤੋਂ ਬਾਅਦ ਲੱਗਿਆ ਭਗਵਾਨ ਤੋਂ ਕਿ ਮੇਰੇ ਲਈ ਖਤਰਾ ਤਾਂ ਕੇਜਰੀਵਾਲ ਕੋਲ ਕਹਿ ਰਿਹਾ ਕਿ ਨਹੀਂ ਸੀਐਮ ਤਾਂ ਮੈਨੂੰ ਹਲਾਉਂਦੇ ਉਹ ਕਹਿੰਦੇ ਨਾ ਸਾਡਾ ਚਿਹਰਾ ਸਿੱਖ ਹੋਊਗਾ ਹਲੇ ਨਾਂ ਨਹੀਂ ਅਸੀਂ ਦੱਸਣਾ ਨਵਜੋਤ ਸਿੱਧੂ ਆਪਣੇ ਲਈ ਲੈ ਕੇ ਆਉਂਦੇ ਨੇ ਚਾਰਾ ਕੁਝ ਖੁਸ਼ ਕਰਨ ਦੀ ਕਿ ਮੇਰੇ ਨਾਲ ਜੱਟ ਵੀ ਹੈਗਾ ਮੇਰੇ ਨਾਲ ਦਲਤ ਭਾਈਚਾਰੇ ਚੋਂ ਵੀ ਆ ਮੇਰੇ ਨਾਲ ਬ੍ਰਾਹਮਣ ਭਾਈਚਾਰੇ ਚੋਂ ਵੀ ਆ ਮੇਰੇ ਨਾਲ ਪਛੜੇ ਭਾਈਚਾਰੇ ਚੋਂ ਲੋ ਜੀ ਮੈਂ ਸਾਰਾ ਕੁਝ ਪਰ ਸਵਾਲ ਇਹ ਹੈ ਕਿ ਜੇਕਰ ਦਲਿਤ ਭਾਈਚਾਰੇ ਦੇ ਸੀਐਮ ਬਣ ਨਾਲ ਪੰਜਾਬ ਦਾ ਕੋਈ ਸਬਰਦਾ ਹੁੰਦਾ ਜੇਕਰ Hindu ਭਾਈਚਾਰੇ ਦੇ ਸੀਐਮ ਬਣ ਨਾਲ ਕੋਈ ਸਬਰਦਾ ਹੁੰਦਾ ਫਿਰ ਤਾਂ ਅੱਜ ਪੰਜਾਬ 'ਚ ਜੱਟ ਸਾਰੇ ਖੁਸ਼ ਹੁੰਦੇ ਅੱਜ ਤੱਕ ਜੱਟਾਂ ਦੇ ਹੀ ਸੀਐਮ ਬਣੇ ਨੇ ਲੰਮੇ ਸਮੇਂ ਤੋਂ ਫਿਰ ਜੱਟ ਖੁਦ ਖੁਸ਼ੀਆਂ ਕਿਉਂ ਕਰਦਾ ਪੰਜਾਬ ਦਾ ਫਿਰ ਜੱਟ ਦੇ ਜੱਟ ਨੂੰ ਪੂਰੀ ਫਸਲ ਦਾ ਮੁੱਲ ਕਿਉਂ ਨਹੀਂ ਮਿਲਦਾ ਫਿਰ ਅੱਜ ਜੱਟ ਦਿੱਲੀ ਧਰਨੇ 'ਤੇ ਕਿਉਂ ਬੈਠਾ ਹੁੰਦਾ ਇਹ ਸਭ ਖੇਡਾਂ ਨੇ ਜਨਾਬ ਲੀਡਰ ਕਿਸੇ ਜਾਤ ਦੇ ਨਹੀਂ ਕਿਸੇ ਧਰਮ ਦੇ ਨਹੀਂ ਕਿਸੇ ਫਿਰਕੇ ਦੇ ਨਹੀਂ ਸਿਰਫ ਕੁਰਸੀ ਦੇ ਨੇ ਤੇ ਪੈਸੇ ਦੇ ਨੇ ਹੁਣ ਇਹ ਚਾਹੀਦਾ ਸੀ ਦੀਪਕ ਜੀ ਵੀ ਇਮਾਨਦਾਰ ਹੋਊਗਾ ਸਾਡਾ ਮੁੱਖ ਮੰਤਰੀ ਬਿਲਕੁਲ ਉਹਦਾ ਸ਼ਬਦ ਹੀ ਗੈਰ ਕਰਤਾ ਉਹੀ ਗੱਲ ਹੈ ਨਾ ਤੁਸੀਂ ਇਹ ਕਹਿੰਦੇ ਕਿ ਪੰਜਾਬ ਦਾ ਉਮੀਦਵਾਰ ਪੰਜਾਬ ਵਾਸੀਆਂ ਦਾ ਸੀਐਮ ਹੋਏਗਾ ਜਦੋਂ ਤੁਸੀਂ ਪੰਜਾਬ ਦੇ ਹੋ ਫਿਰ ਤੁਹਾਡੇ ਚੋ ਜਾਤ ਧਰਮ ਵਾਲਾ ਮਸਲਾ ਕਿੱਥੇ ਰਹਿ ਗਿਆ ਤੁਸੀਂ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਲੋਕਾਂ ਨੂੰ ਧਿਆਨ ਚ ਰੱਖੇ ਮਾਂ ਬੋਲੀ ਬੋਲ ਕੇ ਨਹੀਂ ਰਾਜੀ ਤੁਸੀਂ ਭਾਸ਼ਾ ਦੀ ਗੱਲ ਨਹੀਂ ਪੁੱਛੋ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਮੈਂ ਉਸ ਵਿੱਚ ਅਸੀਂ ਮੌਜੂਦ ਸੀਗੇ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸੌ ਅੰਗਰੇਜ਼ੀ ਕਿਉਂ ਚੱਕੀ ਕਹਿੰਦਾ ਕਿ ਪੰਜਾਬੀ ਬੋਲ ਕੇ ਤਾਂ ਨਾ ਕੱਗਰ ਨਹੀਂ ਟੱਪ ਹੁੰਦੀ ਸੋ ਮਰਿੰਦਰ ਸਿੰਘ ਐਕਤੀ ਫਿਰ ਵੋਟਾਂ ਅੰਗਰੇਜ਼ੀ ਚ ਮੰਗਣ ਪੰਜਾਬ ਦੱਸ ਦੂਗਾ ਕਿ ਹਾਂ ਕਿੰਨੀ ਕੁ ਗੱਟਾ ਪੁੰਦੀਆ ਤੇ ਨਹੀਂ ਐਕਤੀ ਮਿਲ ਤੱਕ ਜਾਂ ਸਿਸਮਾ ਤੋਂ ਨਹੀਂ ਪਟਿਆਲੇ ਜਾਉਣਾ ਜਾਂ ਪਟਿਆਲੇ ਤੋਂ ਦੁਬਾਰਾ ਚੰਡੀਗੜ੍ਹ ਨਹੀਂ ਆਉਣਾ ਐਕਤੀ ਲੋਕ ਵਿੱਚ ਜਬਤ ਕਰਾਉਣਗੇ ਸਾਰਾ ਕੁਝ ਸੋ ਇਸ ਲਈ ਐਕਤੀ ਪੰਜਾਬ ਨੂੰ ਭੰਬਲ ਪੂਸੇ ਚ ਪਾਇਆ ਜਾ ਰਿਹਾ ਪਰ ਮੈਂ ਅਜੇ ਵੀ ਇਸ ਗੱਲ ਤੇ ਕਾਇਮ ਖੜਾ ਕਿ ਜੇ ਪੰਜਾਬ ਦੇ ਲੋਕ ਇਹਨਾਂ ਲੀਡਰਾਂ ਨੂੰ ਸਵਾਲ ਕਰਨ ਸੁਖਵੀਰ ਬਾਦਲ ਨੂੰ ਉਦੋਂ ਘੇਰ ਕੇ ਸਵਾਲ ਹੋਏ ਵੱਖਰੀ ਗੱਲ ਉਹਦੇ ਤੇ ਰੋਲਾ ਪੈ ਰਿਹਾ ਕਿ ਉਹ ਕਾਂਗਰਸ ਦਾ ਸੀ ਜੀ ਭੇਜਿਆ ਸੀ ਜਾਂ ਨਹੀਂ ਸੀ ਪਰ ਮੈਂ ਕਹਿੰਦਾ ਉਹ ਸਿੱਦਤ ਨਾਲ ਸਵਾਲ ਹੋਣ ਉਹ ਸਿੱਦਤ ਨਾਲ ਉਹ ਸਵਾਲ ਸੁਖਵੀਰ ਨੂੰ ਨਹੀਂ ਸੀ ਉਹ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਸਵਾਲ ਸੀ ਉਹ ਪੰਜਾਬ ਦੀ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਸਵਾਲ ਸੀ ਅਜਿਹੇ ਸਵਾਲ ਕਰਨ ਕਿ ਭਾਈ ਕਿਹੜੇ ਮੂੰਹ ਨਾਲ ਵੋਟਾਂ ਮੰਗਣਾ ਹੈ ਪੰਜਾਬ ਦੇ ਸਾਡੇ ਮੁੰਡੇ ਲੱਗੀ ਨੌਕਰੀ ਪੰਜਾਬ ਦੇ ਸਾਡੇ ਹਸਪਤਾਲਾਂ 'ਚ ਸਾਰਾ ਕੁਝ ਆ ਗਿਆ ਸਾਡੇ ਬਜ਼ੁਰਗਾਂ ਦੀ ਸਿਹਤ ਸਹੂਲਤਾਂ ਸਹੀ ਹੋ ਗਈਆਂ ਜਿਹੜੇ ਸੂਬੇ ਨੂੰ ਤੁਸੀਂ ਵੈਕਸੀਨ ਨਹੀਂ ਪੂਰੀ ਲਿਆ ਸਕੇ ਜਿਹੜੇ ਸੂਬੇ ਨੂੰ ਤੁਸੀਂ ਵੈਂਟੀਲੇਟਰ ਨਹੀਂ ਪੂਰੇ ਲਿਆ ਸਕੇ ਜਿਹੜੇ ਸੂਬੇ ਲਈ ਤੁਸੀਂ ਆਕਸੀਜਨ ਦਾ ਪ੍ਰਬੰਧ ਨਹੀਂ ਕਰ ਸਕੇ ਵੋਟਾਂ ਕਿਹਦੇ ਲਈ ਮੰਗਣ ਆਇਓ ਫਿਰ ਤੇ ਇਸ ਮੌਕੇ 9 ਮਹੀਨੇ ਤੋਂ ਕਿਸਾਨ ਦਿੱਲੀ ਬੈਠੇ ਨੇ ਆ 27 ਤਰੀਕ ਨੂੰ 9 ਮਹੀਨੇ ਪੂਰੇ ਹੋ ਜਾਣੇ ਨੇ ਤੇ ਉਹਦੇ باوجود ਦਾ ਮਸਲੇ ਦਾ ਹੱਲ ਨਾ ਹੋਵੇ 7 ਮਹੀਨੇ ਹੋ ਗਏ ਆ ਲੰਗੀ 22 ਤਰੀਕ ਨੂੰ ਗੱਲਬਾਤ ਟੁੱਟਿਆ ਉਹਦਾ ਕੋਈ ਹੱਲ ਨਾ ਹੋਵੇ ਤੇ ਤੁਸੀਂ ਵੋਟਾਂ ਦੀ ਕਾਲ ਮੈਨੂੰ ਲੱਗਦਾ ਇਸ ਮੌਕੇ ਪੰਜਾਬ ਨੂੰ ਸ਼ੀਸ਼ਾ ਦਿਖਾਉਣਾ ਚਾਹੀਦਾ ਕਿ ਸਾਡੇ ਪਿੰਡ ਸਾਡੇ ਮੱਲੇ ਸਾਡੇ ਸ਼ਹਿਰ ਸਾਡੀ ਗਲੀ ਦੇ ਵਿੱਚ ਵੋਟ ਮੰਗਣ ਆਇਓ ਪਹਿਲਾਂ ਖੇਤੀ ਕੀ ਕਰਾਂਗੇ ਉਹ ਦੱਸੋ ਨਾ ਕਿ ਮੈਂ ਮੁਫਤ ਬਿਜਲੀ ਦੇ ਦੂੰ ਮੈਂ ਮੁਫਤ ਪਾਣੀ ਦੇ ਦੂੰ ਮੈਂ ਮੁਫਤ ਨੌਕਰੀ ਦੇ ਦੂੰ ਇਹ ਨਹੀਂ ਪੰਜਾਬ ਲਈ ਰੋਜ਼ਗਾਰ ਕੌਣ ਦੇਗਾ ਪੰਜਾਬ ਲਈ ਸਾਧਨ ਕੌਣ ਪੈਦਾ ਕਰੇਗਾ ਪੰਜਾਬ ਰੋਜ਼ਗਾਰ ਮੰਗਦਾ ਮੇਰੀ ਜੇਬ ਚ ਖੀਸੇ ਚ ਪੈਸੇ ਹੋਣ ਮੈਂ ਆਪਣਾ ਬਿੱਲ ਵੀ ਆਪ ਤਾਰ ਲੂੰਗਾ ਪਰ ਸਵਾਲ ਤਾਂ ਇਹ ਹੈ ਕਿ ਕਿਸਾਨ ਨੂੰ ਇਹ ਪਰਮਾਇਆ ਜਾ ਰਿਹਾ ਤੈਨੂੰ ਬਿਜਲੀ ਮੁਫਤ ਦੇ ਰਹੇ ਆ ਪਰ ਉਹਨੂੰ ਫਸਲ ਦਾ ਮੁੱਲ ਕੌਣ ਦੇਊਗਾ ਫਿਰ ਸੋ ਇਸ ਲਈ ਯੋਗ ਕਿਸਾਨ ਨਾਲ ਤੱਕਾ ਕੇਂਦਰ ਕਰਦਾ ਉਹੀ ਕਿਸਾਨਾਂ ਦਾ ਤੱਕਾ ਪੰਜਾਬ ਕਰ ਰਿਹਾ ਜਿਹੜਾ ਲੋਕਾਂ ਨੂੰ ਵਪਾਰੀਆਂ ਨੂੰ ਆਮ ਵਰਗ ਨੂੰ ਕੇਂਦਰ ਪਰਮਾ ਰਿਹਾ ਉਸੇ ਨੂੰ ਪੰਜਾਬ ਪਰਮਾ ਰਿਹਾ ਚਾਹੇ ਸੂਬੇ ਦਾ ਮੁੱਖ ਮੰਤਰੀ ਹੋਵੇ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਇੱਕੋ ਥੈਲੀ ਦੇ ਛੱਟੇ-ਵੱਟੇ ਨੇ ਜਨਾਬ ਇਹ ਪਾਰਟੀਆਂ ਦੇ ਝੰਡੇ ਬਦਲਦੇ ਨੇ ਇਹ ਪੱਗਾਂ ਦੇ ਰੰਗ ਬਦਲਦੇ ਨੇ ਇਹਨਾਂ ਦੀ ਔਕਾਤ ਨਹੀਂ ਬਦਲਦੀ ਜੀ ਦੀਪਕ ਜੀ ਇੱਕ ਹੋਰ ਵੱਡਾ ਸਵਾਲ ਖੜਾ ਹੁੰਦਾਗਾ ਜਿਹੜੀ ਇਹ ਕਰਦੇ ਨੇ ਇੱਕ ਦੂਜੇ ਦੇ ਪਰ ਉਹ ਡਿਰੇਕਟਰੀ ਚਾਹੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਆਪਸੇ ਮਿਲੀਆਂ ਵੀ ਆਈ ਨਹੀਂ ਪਤਾ ਅੰਦਰ ਵੜ ਕੇ ਗੱਲ ਕਰ ਲੈਂਦੇ ਹੁਣ ਵੀ ਅੱਜ ਮੈਂ ਤੇਰੇ ਸਾਲੇ ਨੂੰ ਗਾਲ ਕੱਢ ਦੂੰ ਤੂੰ ਮੇਰੇ ਨੂੰ ਕੱਢ ਦੀ ਐ ਵੀ ਜਿਹੜੀ ਆ ਚੀਜ਼ ਚੱਲ ਰਹੀ ਆ ਹੁਣ ਸਿੱਧੂ ਸਾਹਿਬ ਵੀ ਕਹਿ ਰਹੇ ਆ ਵੀ ਜੀਜਾ ਸਾਲਾ ਰਹਿ ਨਹੀਂ ਦੇਣੇ ਉਧਰ ਜੇ ਵਿਕਰਮ ਸਿੰਘ ਮਜੀਠੀਆ ਉਹ ਵੀ ਕਹਿੰਦੇ ਵੀ ਠੋਕੋਦਾਲੀ ਆ ਕਿਹਣੀ ਰਾਜਨੀਤੀ ਆ ਇਹ ਕਿਹੜੀ ਪੋਲਿਟਿਕਸ ਆ ਵੀ ਇਹ ਆਈ ਭਰਮਾਈ ਜਾਂਦੇ ਆ ਲੋਕਾਂ ਨੂੰ ਜਦੋਂ ਤੁਹਾਡੇ ਕੋਲ ਕੁਝ ਕਰਨ ਨਾ ਹੋਵੇ ਜਦੋਂ ਕਹਿਣ ਨੂੰ ਨਾ ਹੋਵੇ ਫਿਰ ਤੁਸੀਂ ਹੇਠਲੇ ਪੱਧਰ ਤੇ ਆਉਂਦੇ ਹੋ ਇਨੂੰ ਘਟਿਆ ਪੱਦਰ ਦੀ ਰਾਜਨੀਤੀ ਕਹਿੰਦੇ ਨੇ ਇਹਨੂੰ ਮੁੱਦਿਆਂ ਤੋਂ ਬਹੀਨ ਰਾਜਨੀਤੀ ਕਹਿੰਦੇ ਨੇ ਇਹਨੂੰ ਧਰਾਤਲ ਦੀ ਰਾਜਨੀਤੀ ਨਹੀਂ ਕਹਿੰਦੇ ਜੇਕਰ ਤੁਹਾਡੇ ਕੋਲ ਕੁਝ ਕਰ ਗੁਜਰਨ ਨੂੰ ਹੁੰਦਾ ਤਾਂ ਤੁਸੀਂ ਜੇ ਨਵਜੋਤ ਸਿੱਧੂ ਨੂੰ ਦੇਸ਼ ਲੈਵਲ ਦਾ ਲੀਡਰ ਸਮਝਿਆ ਜਾਂਦਾ ਸੀ ਪੰਜਾਬ ਦੇ ਲੋਕ ਐ ਸਮਝਦੇ ਸੀ ਕਿ ਨਵਜੋਤ ਸਿੱਧੂ ਬਹੁਤ ਇੰਟਰਨੈਸ਼ਨਲ ਫੇਮਸ ਆ ਤੇ ਬੜੀ ਚੀਜ਼ ਆ ਉਹ ਕਰੇਗਾ ਹਮ ਅਮਰਿੰਦਰ ਸਿੰਘ ਦੇ ਖਿਲਾਫ ਖੜਾ ਸੀ ਪੰਜਾਬ ਕਿ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ 5 ਸਾਲਾਂ ਚ ਪੂਣੀ ਨਹੀਂ ਕੱਤੀ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਜੀ ਤੇ ਨਵਜੋਤ ਸਿੱਧੂ ਤੋਂ ਪੰਜਾਬ ਬਹੁਤ ਉਮੀਦ ਕਰਦਾ ਸੀ ਜਿੱਦਣ ਨਵਜੋਤ ਸਿੱਧੂ ਪ੍ਰਧਾਨ ਬਣ ਕੇ ਅਹੁਦਾ ਦੀ ਸੌ ਚੁੱਕਣ ਆਇਆ ਹੂੰ ਉਦੋਂ ਲੋਕ ਤਰਸ ਕਰ ਰਹੇ ਸੀ ਕੈਪਟਨ ਤੇ ਯਾਰ ਸਿੱਧੂ ਨੇ ਧੱਕਾ ਕੀਤਾ ਯਾਰ ਐਂ ਨਹੀਂ ਹੋਣਾ ਚਾਹੀਦਾ ਸਾਡੇ ਲੋਕ ਨਾ ਹਮੇਸ਼ਾ ਕਮਜ਼ੋਰ ਤੇ ਨਾ ਖੜ ਜਾਂਦੇ ਨੇ ਜਦੇ ਅਸੀਂ ਪਾਸਾ ਪਲਟ ਕੇ ਸਾਡੇ ਲੋਕ ਜਦੇ ਕਹਿਣ ਲੱਗੇ ਯਾਰ ਹਵਾ ਦਿਖਾ ਗਿਆ ਸਿੱਧੂ ਸਿੱਧੂ ਨੂੰ ਪਤਾ ਹੋਣਾ ਚਾਹੀਦਾ ਕਿ ਤੇਰੇ ਕੋਲ ਜਿੱਡਾ ਅਹੁਦਾ ਹੈ ਉਡੀ ਉਸ ਕਦ ਦੀ ਤੇਰੀ ਸ਼ੈਲੀ ਵੀ ਹੋਣੀ ਚਾਹੀਦੀ ਹੈ ਉਸ ਕਦ ਦਾ ਤੇਰਾ ਚਾਲ ਚਲਣ ਵੀ ਹੋਣਾ ਚਾਹੀਦਾ ਹੁਣ ਸਿੱਧੂ ਆਪਣਾ ਮਿਆਰ ਢੇਗ ਰਿਹਾ ਦਿਨ ਪ੍ਰਤੀ ਦਿਨ ਉਹ ਆਪਣਾ ਗਰਾਫ ਢੇਗ ਰਿਹਾ ਇਸ ਲਈ ਉਹਨੂੰ ਪੰਜਾਬ ਦੇ ਮੁੱਦਿਆਂ ਤੇ ਕੰਮ ਕਰਨਾ ਚਾਹੀਦਾ ਜਿਹੜੇ ਮੁੱਦਿਆਂ ਦੇ ਆਧਾਰ ਤੇ ਉਹ ਦਿੱਲੀ ਨੂੰ ਰੁਕ ਕੀਤਾ ਸੀ ਉਸੇ ਮੁੱਦਿਆਂ ਦੇ ਆਧਾਰ ਤੇ ਪੰਜਾਬ ਨੂੰ ਰੁਕ ਕਰਨਾ ਚਾਹੀਦਾ ਹੁਣ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਅਗਲੀ ਵਾਰ ਮੈਨੂੰ ਸੀਆ ਬਣਾ ਦਿਓ ਫਿਰ ਮੈਂ ਕਰਾਂਗਾ ਇਹੀ ਤਾਂ ਹੁਣ ਤੱਕ ਪੰਜਾਬ ਦਾ ਹਰ ਇੱਕ ਲੀਡਰ ਕਹਿੰਦਾ ਹੈ ਇਹੀ ਤਾਂ ਬਾਦਲ ਕਹਿੰਦਾ ਸੀ ਇਹ ਤਾਂ ਸੁਖਵੀਰ ਕਹਿੰਦਾ ਸੀ ਇਹੀ ਤਾਂ ਕੈਪਟਨ ਕਹਿੰਦਾ ਸੀ ਇਸ ਲਈ ਉਹੀ ਕੁਝ ਹੁਣ ਸਿੱਧੂ ਕਹਿ ਰਿਹਾ ਅਗਲੀ ਵਾਰ ਕਰਾਂਗਾ ਜਨਾਬ ਅਜੇ ਵੀ 4 ਮਹੀਨੇ ਹੈਗੇ ਨੇ ਥੋੜੀ ਹੋ ਸਰਕਾਰ ਆ कोरोना ਅੰਦਰ ਫਿਰ ਜੇ ਬੇਅਦਬੀ ਦੇ ਦੋਸ਼ੀਆਂ ਨੂੰ ਕਰਨਾ ਅੰਦਰ ਦੋ ਨਾ ਪੰਜਾਬ ਦੇ ਵਿੱਚ ਸਾਰੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਐਮਐਸਪੀ ਪੰਜਾਬ ਦੇ ਖਜ਼ਾਨੇ ਚ ਦੋ ਜਦੋਂ ਤੁਸੀਂ ਪੰਜਾਬ ਦੇ ਖਜ਼ਾਨੇ ਚੋਂ ਆਪਣੇ ਲਈ 15-15 ਹਜ਼ਾਰ ਦਾ ਟੈਲੀਫੋਨ ਦਾ ਬਿੱਲ ਲੈ ਸਕਦੇ ਹੋ ਹਰ ਮਹੀਨੇ ਮੈਨੂੰ ਦੱਸ ਦਿਓ ਕਿ ਅੱਜ ਦੇ ਟਾਈਮ ਦੇ ਵਿੱਚ ਕਿਹਦੇ ਕਰੇ ਲੈਣ ਲਾਈਨਾ ਤੇ 15 ਹਜ਼ਾਰ ਦਾ ਬਿੱਲ ਹਰ ਪੰਜਾਬ ਦੇ ਐਮਐਲਏ ਨੂੰ ਹਰ ਮਹੀਨੇ 15000 ਰੁਪਿਆ ਲੈਂਡਲਾਈਨ ਫੋਨ ਦਾ ਬਿੱਲ ਮਿਲਦਾ ਕਮਾਲ ਹੈ 3 ਲੱਖ ਰੁਪਈਆ ਇਹਨਾਂ ਨੂੰ ਹਰ ਸਾਲ ਦਾ ਘੁੰਮਣ ਦਾ ਮਿਲਦਾ ਉਹਦੇ ਲਈ ਕੋਈ ਪਰਚੀ ਨਹੀਂ ਦਿਖਾਉਣੀ ਤੁਸੀਂ ਕੋਈ ਤੁਸੀਂ ਐਫੀ ਡੈਪਟ ਨਹੀਂ ਦੇਣਾ ਕੋਈ ਤੁਸੀਂ ਟਿਕਟਾਂ ਨਹੀਂ ਦਿਖਾਉਣੀ ਆ ਕੋਈ ਹੋਟਲ ਦੀ ਬੁਕਿੰਗ ਨਹੀਂ ਦਿਖਾਉਣੀ ਇੱਕ ਸਾਦੇ ਕਾਗਜ਼ ਤੇ ਲਿਖ ਕੇ ਦਿੰਦੇ ਨੇ ਕਿ ਅਸੀਂ ਜੀ ਟੂਰ ਤੇ ਗਏ ਸੀ ਟੱਬਰ ਸਣੇ 3 ਲੱਖ ਰੁਪਏ ਦੇ ਦੋ ਉਹ ਤਾਂ ਦੰਦ ਕਢਾਉਣ ਅਮਰੀਕਾ ਚਲ ਜਾਂਦੇ ਨੇ ਸੋ ਇਸ ਲਈ ਉਹ ਪੰਜਾਬ ਦੇ ਖਜ਼ਾਨਾ ਉਸ ਟਾਈਮ ਹੈਗਾ ਦੇਸ਼ ਦੇ ਕਿਸੇ ਸੂਬੇ ਦੇ ਵਿੱਚ ਐਮ ਐਲ ਏ ਨੂੰ ਗੱਡੀ ਨਹੀਂ ਮਿਲਦੀ ਇੱਕੋ ਇੱਕ ਪੰਜਾਬ ਸੂਬਾ ਜਿੱਥੇ ਐਮ.ਐਲ.ਏ ਨੂੰ ਗੱਡੀ ਵੀ ਮਿਲਦੀ ਹੈ ਤੇ 15 ਰੁਪਏ ਪ੍ਰਤੀ ਕਿਲੋਮੀਟਰ ਖਰਚਾ ਵੀ ਮਿਲਦਾ ਤੇ ਜਦੋਂ ਵਿਧਾਨ ਸਭਾ ਲੱਗਦੀ ਹੈ ਨਾ ਰਿਕਾਰਡ ਚੈੱਕ ਕਰਕੇ ਦੇਖਿਓ ਇਹਨਾਂ ਨੂੰ 1500 ਰੁਪਏ ਪ੍ਰਤੀ ਦਿਨ ਦਾ ਵੱਖਰਾ ਅਨਾਉਂਸ ਮਿਲਦਾ ਅਲਾਉਂਸ ਮਿਲਦਾ ਤੇ ਸ਼ੁੱਕਰਵਾਰ ਨੂੰ ਰੱਖਣਗੇ ਸ਼ਨੀ ਐਤਵਾਰ ਇੱਥੇ ਹੀ ਸੌਣਗੇ ਤੇ ਕਾਗਜ਼ਾਂ 'ਚ ਫਿਰ ਪਿੰਡ ਵੀ ਜਾਏ ਉਹਦੇ ਨੇ ਮੁੜ ਵੀ ਆਉਂਦੇ ਨੇ ਤਿੰਨ ਦਿਨ ਦਾ ਪੈਸੇ ਲੈ ਰਹਿੰਦੇ ਨੇ ਸੋ ਇਹ ਜਿਹੜੀ ਲੁੱਟ ਹੈ ਉਹਦੇ ਪਰ ਕੌਣ ਰੋਕ ਲਾਏਗਾ ਜਿਹੜੀਆਂ ਤਨਖਾਹਾਂ ਨੇ ਆਪ ਹੀ ਮਤੇ ਪਾ ਕੇ ਵਧਾ ਲੈਣੀਆਂ ਅੱਜ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਸਪੀਕਰ ਕੋਲ ਗਈ ਕਿ ਜੀ ਪੰਜਾਬ ਚ ਇੱਕੋ ਪੈਨਸ਼ਨ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਤਾਂ ਹਲੇ ਬਣੀ ਇੱਕ ਵਾਰ ਨੇ ਐਮ.ਐਲ.ਏ ਅਗਲੀ ਵਾਰ ਉਹਨਾਂ ਦੀ ਬਣਨ ਦੀ ਆਸ ਨਹੀਂ ਉਹਨਾਂ ਨੂੰ ਕਿ ਅਸੀਂ ਦੁਬਾਰਾ ਬਣਨਾ ਨਹੀਂ ਉਹ ਕਹਿੰਦੇ ਜੀ ਐਮ.ਐਲ.ਏ ਨੂੰ ਪੈਨਸ਼ਨ ਨਹੀਂ ਇਹ ਤਾਂ ਪੰਜਾਬ ਸਾਰਾ ਕਹਿੰਦਾ ਹਮ ਕਿ ਇੱਕ ਵਾਰ ਲੈਣੀ ਆ ਚੱਲ ਲੈ ਲਓ ਉਹ ਵੀ ਕੋਈ ਸੀਮਤ ਹੋਵੇ ਤੁਸੀਂ 6-6 ਪੈਨਸ਼ਨਾਂ 7-7 ਪੈਨਸ਼ਨਾਂ 8-8 ਪੈਨਸ਼ਨਾਂ ਤੇ ਜਿਹੜੀ ਪਾਰਟੀ ਕਹਿਣ ਗਈ ਉਹਨਾਂ ਨੇ ਹਾਲ ਹੀ ਚ ਦਿੱਲੀ ਆਪਣੀਆਂ ਤਨਖਾਹਾਂ ਆਪ ਵਧਾਈਆਂ ਆਪਣੀਆਂ ਵਿਧਾਨ ਸਭਾ ਚ ਵਧਾਈਆਂ ਕੀ ਭਗਵਾਨ ਤਮਾਨ ਨੇ ਜਾਣ ਤੋਂ ਪਹਿਲਾਂ ਕਿਹਾ ਕਿ ਮੈਂ ਦੋ ਵਾਰ ਐਮ.ਪੀ ਬਣਿਆ ਪਰ ਇੱਕ ਵਾਰ ਦੀ ਤਨਖਾਹ ਲਵਾਂਗਾ ਜਾਂ ਇੱਕ ਵਾਰ ਕੀ ਕਿਆ ਉਹਨੇ ਕੀ ਕੇਜਰੀਵਾਲ ਨੇ ਉਹ ਅਨਾਉਂਸ ਕੀਤਾ ਕਿ ਅੱਜ ਤੋਂ ਅਸੀਂ ਕੋਈ ਬੱਕਰੀ ਪੈਨਸ਼ਨ ਤਿੰਨ ਵਾਰ ਸੀਐਮ ਬਣੇ ਸੋ ਇਸ ਲਈ ਪਹਿਲਾਂ ਆਪ ਤਾਂ ਕੋਈ ਛੱਡੋ ਫਿਰ ਦੂਆਂ ਨੂੰ ਸਵਾਲ ਕਰੋ ਇਸ ਮੌਕੇ ਪੰਜਾਬ ਦੀਆਂ ਸਾਰੇ ਐਮਐਲਏ ਇਸ ਮਸਲੇ ਤੇ ਇੱਕ ਸੁਰ ਨੇ ਕਿ ਸਹੂਲਤਾਂ ਵੀ ਅਸੀਂ ਲਈਏ ਖਜ਼ਾਨੇ ਵਿੱਚ ਨਵੀਆਂ ਗੱਡੀਆਂ ਲਈ ਔਖੇ ਹੋਏ ਬਣੇ ਕੈਪਟਨ ਅਮਰਿੰਦਰ ਦੇ ਸਮਰਥਕ ਲੀਡਰਾਂ ਨੂੰ ਨਵੀਆਂ ਕਾਰਾਂ ਮਿਲਗੀਆਂ ਹੂੰ ਸਿੱਧੂ ਵਾਲਾ ਧੜਾ ਰਹਿ ਗਿਆ ਹੋ ਰਹਿ ਗਏ ਉਹਨਾਂ ਨੇ ਚਿੱਠੀ ਲਿਖੀ ਤੇ ਖਜ਼ਾਨੇ ਚ ਆਇਆ ਜੀ ਫੇਜੇ ਖਜ਼ਾਨਾ ਸਮਰੱਥ ਨਹੀਂਗਾ ਭਾਈ ਗੱਡੀਆਂ ਦਾ ਬਿਲਕੁਲ ਇਸ ਲਈ ਉਹਨਾਂ ਲਈ ਕਿਉਂਕਿ ਹੁਣ ਉਹ ਦੂਏ ਧੜੇ ਚ ਨੇ ਜੇ ਉਹ ਕੈਪਟਨ ਦੇ ਸਿਸਮਾ ਫਾਰਮ ਹਾਊਸ ਸਲਾਮ ਠੋਕਣ ਆਜਣ ਜਿੱਥੇ ਆਪਾਂ ਖੜੇ ਆਂ ਤੇ ਲਓ ਸਵੇਰ ਨੂੰ ਗੱਡੀਆਂ ਲਈ ਖਜ਼ਾਨਾ ਵੀ ਆਜੂਗਾ ਸੋ ਪੰਜਾਬ ਲਈ ਖਜ਼ਾਨਾ ਖਾਲੀ ਆ ਤੇ ਇਹਨਾਂ ਆਪਣੇ ਲਈ ਭਰਿਆ ਇਸ ਲਈ ਇਹ ਚਿਹਰਿਆਂ ਦੀ ਲੜਾਈ ਹੋਵੇ ਚਾਹੇ ਮੁੱਦਿਆਂ ਦੀ ਲੜਾਈ ਹੋਵੇ ਚਾਹੇ ਸ਼ਬਦਾਂ ਦੀ ਲੜਾਈ ਹੋਵੇ ਇਹ اخلاق ਤੋਂ ਡਿੱਕੇ ਕਰਦੇ ਨੇ ਇਸ ਲਈ ਇਹ ਕਲੇਸ਼ ਸਿੱਧੂ ਦੀ ਸ਼ੈਲੀ ਨਹੀਂ ਵਿਗੜੀ ਇਹ ਨਵਜੋਤ ਸ ਤੁਸੀਂ ਅਕਾਲੀਆਂ ਦੀ ਸ਼ੈਲੀ ਦੇਖ ਲਓ ਕੈਪਟਨ ਦੀ ਸ਼ੈਲੀ ਦੇਖ ਲਓ ਇਹ ਸਾਰੇ ਸ਼ਬਦ ਹੇਠਲੇ ਪੱਧਰ ਤੇ ਇਸ ਲਈ ਆਉਂਦੇ ਨੇ ਕਿਉਂਕਿ ਇਹਨਾਂ ਕੋਲ ਪੰਜਾਬ ਲਈ ਕਰਨ ਲਈ ਕੁਝ ਨਹੀਂਗਾ ਪੰਜਾਬ ਨੂੰ ਦੇਣ ਲਈ ਕੁਝ ਨਹੀਂਗਾ ਇਹਨਾਂ ਨੂੰ ਲੱਗਦਾ ਕਿ ਲੋਕ ਤੱਤੀਆਂ ਠੰਡੀਆਂ ਸੁਣ ਕੇ ਖੁਸ਼ ਹੋ ਜਾਂਦੇ ਨੇ ਤੇ ਉਹ ਭਗਵੰਤ ਵੀ ਝਟਕਲੇ ਸੁਣਾ ਜਾਂਦਾ ਉਹ ਹੀ ਝਟਕਲੇ ਹੁਣ ਕਿਹਾ ਪੰਜਾਬ ਚ ਸੋਸ਼ਲ ਮੀਡੀਆ ਤੇ ਕਿੰਨੀ ਚੱਲੀ ਗੱਲ ਕਿ ਭਾਈ ਐਕਤੀ ਚਾਹੇ ਪੰਜਾਬ ਦਾ ਕੁਝ ਹੋਵੇ ਨਾ ਉਹ ਵੀ ਐਂਟਰਟੇਨਮੈਂਟ ਪੂਰਾ ਹੋਊਗਾ ਕਿਉਂ ਤਿੰਨੋਂ ਪਾਰਟੀਆਂ ਦੇ ਪ੍ਰਧਾਨ ਕਹਿੰਦੇ ਕਮੇਡੀਆਗੇ ਸੋ ਇਹ ਤੋਂ ਬਾਅਦ ਹੋਰ ਤੰਜ ਕੀ ਹੋਣਗੇ ਨਾਲ ਲੀਡਰਾਂ ਤੇ ਜਿਨ੍ਹਾਂ ਨੂੰ ਤਾਂ ਵੀ ਸਮਝ ਨਹੀਂ ਆਉਂਦੀ ਫ ਉਸ ਕੈਪਟਨ ਅਮਰਿੰਦਰ ਸਿੰਘ ਹੀ ਰਹਿੰਦੇ ਨੇ ਤੁਸੀਂ ਇੱਥੇ ਰਹਿੰਦੇ ਹੋ ਸਾਡੇ ਸੁਣ ਚ ਇਹ ਵੀ ਆਇਆ ਵੀ ਬੜੇ ਹੋਰ ਲੀਡਰਾਂ ਦੇ ਵੀ ਇੱਥੇ ਫਾਰਮ ਹਾਊਸ ਆ ਲਾਗੇ ਤੱਕ ਬਿਲਕੁਲ ਬਾਈ ਜੀ ਮੈਂ ਮੈਂ ਇੱਥੋਂ ਸਮਝ ਲਓ 20 25 ਕਿਲੋਮੀਟਰ ਦੂਰ ਚੰਡੀਗੜ੍ਹ ਛੋਟੇ ਜਿਹੇ ਘਰ ਚ ਰਹਿਣਾ ਤੇ ਇਧਰ ਜਦੋਂ ਢੇੜਾ ਵੱਜਦਾ ਸਾਨੂੰ ਪਤਾ ਲੱਗਦਾ ਰਹਿੰਦਾ ਇਹ ਪ੍ਰਾਤਨ ਬਹੁਤ ਠੰਡਾ ਸ਼ਾਂਤ ਹੋਰ ਇੱਕ ਮਤਲਬ ਕਿ ਬੜਾ ਨਰਮ ਏਰੀਆ ਹੈ ਨਾ ਮੰਨਿਆ ਜਾਂਦਾ ਤੇ ਇਹਦੇ ਖੇਤਾਂ ਦੇ ਵਿੱਚ ਮਤਲਬ ਇਹਨਾਂ ਨੇ ਪੱਥਰ ਲਾ ਕੇ ਇਹਨੂੰ ਐਡਾ ਵੱਡਾ ਕਰ ਲਿਆ ਇੱਥੇ ਇਕੱਲੇ ਕੈਪਟਨ ਦਾ ਹੀ ਨੀਗਾ ਇਹ ਤੋਂ ਪਰਲੇ ਪਾਸੇ ਨੂੰ ਚਲ ਜਾਂਗੇ ਉਧਰਲੇ ਪਾਸੇ ਸੁਖਵੀਰ ਉਹਨਾਂ ਦਾ ਉਧਰ ਠੀਕ ਹੈ ਨਾ ਸੁਖਬਿਲਾ ਉਹਨਾਂ ਦਾ ਉਹਨਾਂ ਦੀ ਰਹਿائش ਵੀ ਉੱਥੇ ਹੋਟਲ ਵੀ ਉੱਥੇ ਸਾਰਾ ਕੁਝ ਆ ਇਧਰ ਅਮਰਿੰਦਰ ਦਾ ਅਮਰਿੰਦਰ ਦੇ ਨਾਲ ਕਾਂਗਰਸੀ ਹੋਰ ਲੀਡਰਾਂ ਆਦੇ ਨੇ ਚੰਡੀਗੜ੍ਹ ਦੇ ਕੁਝ ਲੀਡਰ ਨੇ ਕੁਝ ਹੋਰ ਪਾਰਟੀਆਂ ਦੇ ਲੀਡਰ ਨੇ ਸੋ ਇਹ ਲਗਾਤਾਰ ਕਤਾਰ ਲੰਬੀ ਹੁੰਦੀ ਜਾਂਦੀ ਆ ਅਫਸਰਾਂ ਦੇ ਵੱਡੇ ਵੱਡੇ ਫਾਰਮ ਹਾਊਸ ਲੀਡਰਾਂ ਦੇ ਵੱਡੇ ਵੱਡੇ ਫਾਰਮ ਹਾਊਸ ਸੋ ਇਹ ਸਾਰਾ ਕੁਝ ਤੁਸੀਂ ਹੁਣਾਂ ਗੰਨੇ ਵਾਲੀ ਮਿਲ ਵਾਲਾ ਤਾਜ਼ਾ ਕਾਂਡ ਹੋਇਆ ਕਿਸਾਨਾਂ ਨੂੰ ਉਸ ਮੀਟਿੰਗ 'ਚ ਨਹੀਂ ਬਿਠਾਇਆ ਅਫਸਰ ਬੈਠੇ ਕਿਉਂ ਬੈਠੇ ਅਫਸਰ ਕਿਉਂਕਿ ਅਫਸਰਾ ਕੋਲ ਖੰਡ ਮਿਲਾਂ ਵਾਲਿਆਂ ਨੇ ਹਦਾਇਤ ਕੀਤੀ ਸੀ ਕਿ ਭਾਈ ਇੰਨਾ ਕੁ ਬਦਾਓ ਖੰਡ ਮਿਲਾਂ ਕਿਹਦੀਆਂ ਨੇ ਪੰਜਾਬ ਦੀਆਂ 90% ਪ੍ਰਾਈਵੇਟ ਖੰਡ ਮਿਲਾਂ ਲੀਡਰਾਂ ਦੀਆਂ ਨੇ ਸੋ ਇਸ ਲਈ ਜਿੱਥੇ ਲੀਡਰਾਂ ਦੇ ਪੈਰ ਪੈ ਗਏ ਉੱਥੇ ਤਾਂ ਫਿਰ ਕੁਝ ਉੱਗਦਾ ਨਹੀਂਗਾ ਮਤਲਬ ਕਿ ਤੁਹਾਨੂੰ ਪਤਾ ਹੀ ਆ ਉਹ ਇਸ ਲਈ ਇਸ ਧਰਤਲ ਜਿਹੜੀ ਇੰਨੀ ਸ਼ਾਂਤ ਧਰਤਲ ਸੀ ਉੱਥੇ ਵੀ ਆ ਕੇ ਹੁਣ ਪੁਲਿਸ ਬਿਠਾਤੀ ਬੈਰੀਕੇਡ ਲਾਤੇ ਤੇ ਆਮ ਲੋਕਾਂ ਲਈ ਪੰਛੀਆਂ ਲਈ ਵੀ ਉਡਣ ਲਈ ਮਤਲਬ ਕਿ ਪੰਛੀ ਵੀ ਉਡਾਰੀ ਮਾਰਦੇ ਤਾਂ ਐ ਹੋ ਜਾਂਦਾ ਕਿ ਲੈ ਵੀ ਪਤਾ ਨਹੀਂ ਵਿਰੋਧੀ ਧਿਰ ਲੈਣਾ ਕੁਝ ਭੇਜਤਾ ਹੋਵੇ ਸੋ ਬੰਦਾ ਤਾਂ ਉੱਥੇ ਕੀ ਪਰ ਮਰੂਗਾ ਸੋ ਇਸ ਲਈ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਵਾਰ 2022 ਨੂੰ ਧਿਆਨ ਚ ਰੱਖਦੇ ਆ ਸੋਚ ਕੇ ਡਿੰਗ ਪੁੱਟਣੀ ਪਈਗੀ ਕਿ ਜਿਹੜੇ ਪਹਿਲਾਂ ਤੁਹਾਡੇ ਨਹੀਂ ਉਹ ਹੁਣ ਵੀ ਤੁਹਾਡੇ ਨਹੀਂ ਹੋਣਗੇ ਕੁਛ ਨਾ ਕੁਝ ਸੋਚਣ ਕਿ ਅੰਨਿਆਂ ਚੋਂ ਕਾਣਾ ਚੁਣਨਾ ਨਿਆ ਕੋਈ ਬਕਰੀਤਰ ਕਿਉਂਕਿ ਪੰਜਾਬ ਅਜੇ ਵੀ ਦਿੱਲੀ ਵੱਲ ਦੇਖਦਾ ਕਿ ਸ਼ਾਇਦ ਉਧਰੋਂ ਕੁਝ ਨਵੀਂ ਆ ਜਾਵੇ ਪਰ ਕਿਸਾਨ ਆਗੂ ਕਹਿੰਦੇ ਕਿ ਪਹਿਲਾਂ ਸੀ ਉਹ ਮਾਮਲਾ ਜਿੱਤੇ ਆਈਏ ਫਿਰ ਇੱਧਰ ਸੋਚਾਂਗੇ ਪੰਜਾਬ ਦੇ ਲੀਡਰ ਚਾਹੁੰਦੇ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹੁੰਦੀਆਂ ਨੇ ਕਿ ਅੰਦੋਲਨ ਦਾ ਮਸਲਾ 2022 ਦੀਆਂ ਚੋਣਾਂ ਤੋਂ ਬਾਅਦ ਹੱਲ ਹੋਵੇ ਪਹਿਲਾਂ ਨਾ ਹੋਵੇ ਸੋ ਕਾਂਗਰਸ ਵੀ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਵੀ ਇਹਨਾਂ ਨੂੰ ਇੱਕ ਜੇ ਪਹਿਲਾਂ ਮੁੱਕ ਗਿਆ ਤਾਂ ਇੱਥੇ ਨਵੀਂ ਧਿਰ ਖੜੀ ਹੋ ਜਗੀ ਇਸ ਲਈ ਚਾਹੁੰਦੇ ਨੇ ਕਿ ਬਾਬਾ ਜੀ ਉਹਨਾਂ ਨੂੰ ਉੱਥੇ ਹੀ ਬਿਠਾਈ ਰੱਖੋ ਮੋਦੀ ਨੂੰ ਰਸ਼ਾਇਦ ਰੋਜ਼ਨੇੇ ਭੇਜ ਦੇਉਣਗੇ ਜਿੰਨੇ ਮੋ ਅਕਾਲੀਆਂ ਦੇ ਨੇੜੇ ਦੱਸੇ ਜਾਂਦੇ ਨੇ ਉੰਨੇ ਹੀ ਮੋਦੀ ਕੈਪਟਨ ਦੇ ਵੀ ਨੇੜੇ ਦੱਸੇ ਜਾਂਦੇ ਨੇ ਤੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਖੇਜਰੀਵਾਲ ਵੀ ਉਹਦੀ ਟੀਮ ਆ ਸੋ ਰੱਬ ਜਾਣਦਾ ਜੀ ਜਾਂ ਇਹ ਜਾਣਦੇ ਨੇ ਪਰ ਪੰਜਾਬ ਨਾਲ ਨਿਤ ਧੋਖਾ ਹੁੰਦਾ ਆ ਇੱਕ ਵਾਰ ਫੇਰ 2022 ਚ ਮੈਨੂੰ ਧੋਖਾ ਹੁੰਦਾ ਖਤਰਾ ਖੜਾ ਮੈਂ ਇੱਕ ਇਹ ਵੀ ਹੈ ਇਹਦੇ ਨੇੜੇ ਤੇੜੇ ਤਾਂ ਆ ਕੇ ਆ ਮਾਹੌਲ ਦੇ ਨੇੜੇ ਤੇੜੇ ਆ ਕੇ ਐਦਾਂ ਲੱਗਦਾਗਾ ਜਿਵੇਂ 15-16ਾਂ ਥਾਣਿਆਂ ਦੀ ਪੁਲਿਸ ਇੱਥੇ ਹੋਵੇ ਨਕੋਦਰ ਤੱਕ ਦੇ ਬੈਰੀਗੇਡ ਪਏ ਨੇ ਹਾਂ ਬਿਲਕੁਲ ਆਪਾਂ ਹੁਣੇ ਦੇਖ ਕੇ ਜਦੋਂ ਲੰਘ ਰਹੇ ਸੀਗੇ ਨਕੋਦਰ ਤੱਕ ਉਹ ਲਿਖਿਆ ਹੋਇਆ ਮਤਲਬ ਕਿ ਥਾਣਾ ਸਦਰ ਨਕ ਕਈ ਵੀ ਸਹੂਲਤਾਂ ਛੱਡ ਰਹੇ ਆ ਜੀ ਅਸੀਂ ਜੀ ਗੱਡੀਆਂ ਨਹੀਂ ਲਵਾਵਾਂਗੇ ਜੀ ਅਸੀਂ ਸਕਿਉਰਟੀ ਘਟਾਵਾਂਗੇ ਉਹ ਸਾਰਾ ਕੁਝ ਇੱਥੇ ਤਾਂ ਹੀ ਪੰਜਾਬ ਦੇ ਥਾਣੇ ਖਾਲੀ ਹੁੰਦੇ ਨੇ ਤੇ ਇੱਥੇ ਐਫ ਆਈ ਆਰ ਲਿਖਣ ਲਈ ਵੀ ਕੋਈ ਨਹੀਂ ਹੁੰਦਾ ਜਦੋਂ ਘਟਨਾ ਹੁੰਦੀ ਉੱਥੇ ਜਾਣ ਲਈ ਕੋਈ ਨਹੀਂ ਹੁੰਦਾ ਐਕਸੀਡੈਂਟ ਹੋ ਜਾਵੇ ਚਾਰ-ਚਾਰ ਘੰਟੇ ਗੱਡੀਆਂ ਨਹੀਂ ਉਹਦਾ ਹੀ ਨਤੀਜਾ ਸੋ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਆਪਣੇ ਮੁੱਦਿਆਂ ਲਈ ਸਵਾਲ ਕਰਨੇ ਪੈਣਗੇ ਸੋ ਇੱਕਤੀ ਲੀਡਰਾਂ ਨੂੰ ਸਵਾਲ ਕਰਿਓ ਤੇ ਉਹ ਸਵਾਲ ਸੰਜੀਦਾ ਹੁਣ ਲੀਡਰਾਂ ਵਾਲੀ ਭਾਸ਼ਾ ਚ ਨਾ ਹੋਣ ਪੰਜਾਬ ਵਾਲੀ ਭਾਸ਼ਾ ਚ ਹੋਣਾ ਜੀ ਦੀਪਕ ਜੀ ਧੰਨਵਾਦ ਤੁਸੀਂ ਸਮਝਦਾ ਬਹੁਤ ਬਹੁਤ ਸ਼ੁਕ ਇਹ ਉਹ ਜਗ੍ਹਾ ਕੀ ਜਿੱਥੇ ਲੀਡਰਾਂ ਦੀਆਂ ਜੜਾਂ ਲੱਗ ਚੁੱਕੀਆਂ ਪਹਾੜਾਂ 'ਚ ਲੀਡਰ ਰਹਿੰਦੇ ਨੇ ਤੇ ਲੀਡਰਾਂ ਨੂੰ ਨਹੀਂ ਪਤਾ ਵੀ ਫਾਜ਼ਲ ਕਾ ਫਰੋਇ ਪਰ ਉਹ ਬਾਰਡਰ ਏਰੀਏ 'ਚ ਜਾਂ ਉਹ ਮਾਨਸਾਲ ਏਰੀਏ 'ਚ ਹੋ ਕੀ ਰਿਹਾਗਾ ਲੋਕਾਂ ਨੂੰ ਸੋਚਣਾ ਪੈਣਾਗਾ ਤੇ ਇੱਥੇ ਇਕੱਲਾ ਕੈਪਟਨ ਅਮਰਿੰਦਰ ਸਿੰਘ ਦਾ ਘਰ ਨਹੀਂ ਹੋਰ ਵੀ ਬੜੇ ਲੀਡਰਾਂ ਦੇ ਇੱਥੇ ਫਾਰਮ ਹਾਊਸ ਨੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਜਲਦੀ ਹੀ ਮਿਲਾਂਗੇ ਕਿਸੇ ਹੋਰ ਰਿਪੋਰਟ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਤਾਲੀਵਾਲੋਂ ਦੀ ਇਜਾਜ਼ਤ ਦੇਖਦੇ ਰਹੋ ਆਰਐਮਪੀ ਟੈਲੀਵਿਜ਼ਨ ਧੰਨਵਾਦ ਜੀ